ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਪਟਿਆਲੇ। ਦੋਸਤੋ ਜੇ ਗੱਲ ਕਰੀਏ ਪੈਸੇ ਦੀ ਤਾਂ ਪੈਸੇ ਨੇ ਮਤਲਬ ਦੁਨੀਆ ਦੇ ਵਿੱਚ ਇਸ ਕਦਰ ਦਰਾੜ ਪਾ ਦਿੱਤੀ ਹੈ ਕਿ ਜਿਸ ਨੂੰ ਮਿਟਾਉਣਾ ਮਤਲਬ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਔਰ ਖਾਸ ਕਰਕੇ ਜਦੋਂ ਭੈਣ ਭਰਾ ਦੇ ਨਿੱਘੇ ਪਿਆਰ ਦੀ ਗੱਲਬਾਤ ਹੋਵੇ ਤਾਂ ਉਸ ਵੇਲੇ ਹੋਰ ਵੀ ਬਹੁਤ ਕਿਉਰਿਓਸਿਟੀ ਬਣ ਜਾਂਦੀ ਕਿ ਆਖਰ ਗੱਲ ਕੀ ਹੈ ਕਿ ਇੱਕ ਭਰਾ ਦੇ ਉੱਪਰ ਕਿਉਂ ਅਜਿਹੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਨੇ ਆਪਣੀਆਂ ਸਕੀਆਂ ਭੈਣਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਵਗੈਰਾ ਵਗੈਰਾ ਜੋ ਵਾਇਰਲ ਹੋ ਰਿਹਾ ਹੈ। ਲੇਕਿਨ ਅਸਲ ਵਿੱਚ ਇਹ ਖਬਰ ਹੈ ਕੀ ਆ, ਸਾਡੇ ਪਟਿਆਲੇ ਤੋਂ ਸੀਨੀਅਰ ਜਰਨਲਿਸਟ ਨੇ ਗੁਰਨਾਮ ਅਕੀਦਾ ਜੀ ਪਿਛਲੇ ਦਿਨ ਉਹਨਾਂ ਦੀ ਇੱਕ ਪੋਸਟ ਭਰੀ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਕਿ ਅਸਲ ਵਿੱਚ ਇਹ ਮੁੱਦਾ ਹੈ ਕੀ ਹੈ। ਅਕੀਦਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਸੋਮ ਸੋਤਾ, ਸਤਿ ਸ੍ਰੀ ਅਕਾਲ ਤੁਹਾਡਾ। ਸਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ ਪਰਸੋਂ ਤੁਹਾਡੀ ਇੱਕ ਪੋਸਟ ਪੜ੍ਹੀ ਸੀ ਕਿ ਪਟਿਆਲੇ ਦੇ ਵਿੱਚ ਦੋ ਸਿਸਟਰਸ ਨੇ ਜਿਨ੍ਹਾਂ ਨੂੰ ਕਿਸੇ ਆਪਣੇ ਹੀ ਨਜ਼ਦੀਕੀਆਂ ਨੇ ਘਰ ਚੋਂ ਬਾਹਰ ਕੱਢ ਦਿੱਤਾ ਹੈ, ਉਹ ਕੀ ਹੈ ਪੂਰੀ ਖਬਰ? ਅਸਲ ਵਿੱਚ ਸੋਮ ਜੀ, ਕਾਫੀ ਲੰਮੇ ਸਮੇਂ ਤੋਂ ਦੋ ਬਜ਼ੁਰਗ ਬੀਬੀਆਂ ਹੈਗੀਆਂ, ਸੁਰਿੰਦਰ ਕੌਰ ਤੇ ਸਤਵਿੰਦਰ ਕੌਰ ਹੈ ਜੀ, ਤੇ ਕਾਫੀ ਲੰਮੇ ਸਮੇਂ ਤੋਂ 22 ਨੰਬਰ ਫਾਟਕ ਦਾ ਇੱਕ ਬੜਾ ਪੌਸ਼ ਇਲਾਕਾ, ਆਈ ਥਿੰਕ ਮੇਰੇ ਖਿਆਲ ਚ ਲੱਖ ਰੁਪਈਏ ਗਜ਼ ਜਗ੍ਹਾ ਉੱਥੇ ਹੋਣੀ ਕਾਫੀ ਹੈਗੀ ਹੈ, 1808 ਗਜ਼ ਜਗ੍ਹਾ ਸੀਗੀ ਉਹ। ਤੇ ਉਹਨਾਂ ਦੀ ਮਾਂ ਸੀ ਜੋਗਿੰਦਰ ਕੌਰ, ਤੇ ਜੋਗਿੰਦਰ ਕੌਰ ਨੇ ਕਾਫੀ ਲੰਮਾ ਸਮਾਂ ਪਹਿਲਾਂ ਇਹਨਾਂ ਦੋ ਬੀਬੀਆਂ ਸੁਰਿੰਦਰ ਕੌਰ ਤੇ ਸਤਵਿੰਦਰ ਕੌਰ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਸੀ। ਵਿਆਹ ਨਾ ਕਰਾਉਣ ਦੇ ਫੈਸਲੇ ਕਰਕੇ ਉਹਨਾਂ ਦਾ ਕੋਈ ਫਿਰ ਹੈ ਹੀ ਨਹੀਂ ਸੀ ਵਾਲੀ ਵਾਰਸ, ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਉਹਨਾਂ ਦੀ ਮਾਂ ਨੇ ਜੋਗਿੰਦਰ ਕੌਰ ਨੇ ਉਹ ਜਿਹੜੀ ਜ਼ਮੀਨ ਸੀ ਜਗ੍ਹਾ ਸੀਗੀ ਉਹ ਸਾਰੀ ਹੀ ਆਪਣੀ ਵੱਡੀ ਬੇਟੀ ਸੁਰਿੰਦਰ ਕੌਰ ਦੇ ਨਾਂ ਕਰਾਤੀ ਸੀਗੀ। ਉਮਰ ਕਰੀਬ 84 ਸਾਲ ਹੋ ਚੁੱਕੀ ਹੈ ਸੁਰਿੰਦਰ ਕੌਰ ਦੀ, ਤੇ ਜਿਹੜੀ ਸਤਵਿੰਦਰ ਕੌਰ ਹੈਗੀ ਹੈ ਉਮਰ 77 ਦੇ ਕਰੀਬ ਹੋ ਚੁੱਕੀ ਹੈ, 70 ਸਾਲ ਦੇ ਬਜ਼ੁਰਗ ਹੋ ਚੁੱਕੀਆਂ ਵਿਚਾਰੀਆਂ ਹੁਣ ਤੱਕ। ਹਾਂ, ਗੱਲ ਏਦਾਂ ਵੀ ਉਹ ਜਿਹੜੀ ਸਤਵਿੰਦਰ ਕੌਰ ਸੀਗੀ ਉਹ ਐਡਵੋਕੇਟ ਵੀ ਬਜ਼ੁਰਗ ਦੇ ਮਤਲਬ ਕਿ ਪਿਛਲੇ ਮੇਰੇ ਖਿਆਲ 10 ਸਾਲ 8-9 ਸਾਲ ਪਹਿਲਾਂ ਹੀ ਕੀਤੀ ਹੈ ਐਡਵੋਕੇਟ ਜੀ, ਜਿਹੜੀ ਕਿ ਆਪਣਾ ਵਕਾਲਤ ਕੀਤੀ ਹੈ ਉਹਨੇ, ਤੇ ਚਲੋ ਉਹ ਆਪਣਾ ਚੱਲਦੇ ਰਹੇ। ਇਸ ਤੋਂ ਪਹਿਲਾਂ ਕਾਫੀ ਲੰਮਾ ਸਮਾਂ ਪਹਿਲਾਂ ਦੀ ਗੱਲ ਹੈ, ਇਸ ਪ੍ਰੋਪਰਟੀ ਉੱਤੇ ਵੱਡੇ ਵੱਡੇ ਲੋਕਾਂ ਦੀ ਅੱਖ ਹੈਗੀ ਆ, ਕਿਉਂਕਿ ਇਹ ਪ੍ਰੋਪਰਟੀ ਬੜੀ ਹੀ ਪ੍ਰਾਈਮ ਲੈਂਡ ਹੈਗੀ ਆ, ਮਾਡਲ ਟਾਊਨ ਦੇ ਜਿਹੜਾ ਪੌਸ਼ ਇਲਾਕੇ ਦੇ ਕੋਰਨਰ ਤੇ, ਬਾਈਨਰ ਫੜਕ ਦੇ ਕੋਰਨਰ ਤੇ ਹੈਗੀ ਆ, ਤੇ ਉਹ ਕਾਫੀ ਇਸ ਕਰਕੇ ਨਾ ਇਸ ਪ੍ਰੋਪਰਟੀ ਉੱਤੇ ਬਹੁਤ ਲੋਕਾਂ ਦੀ ਅੱਖ ਹੈਗੀ ਆ। ਪਹਿਲਾਂ ਵੀ ਇੱਕ ਚੇਅਰਮੈਨ, ਸਾਬਕਾ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਹੈਗਾ, ਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਇਸ ਪ੍ਰੋਪਰਟੀ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਇਸ ਪ੍ਰੋਪਰਟੀ ਦੇ ਵਿੱਚ ਨੂੰ ਫਿਰ ਆਪਣੀ ਉਹਦੀ ਕੋਈ ਪਲਾਟ ਪਿਛਲੇ ਪਾਸੇ ਸੀਗਾ, ਆਪਣੇ ਪਲਾਟ ਨੂੰ ਬਾਈਨਰ ਫੜਕ ਦੀ ਰੋਡ ਦਾ ਰਸਤਾ ਲਾਉਣ ਵਾਸਤੇ ਉੱਥੇ ਇੱਕ ਸੜਕ ਵੀ ਕੱਢੀ ਸੀ ਉਹਨਾਂ ਨੇ, ਤੇ ਉੱਪਰ ਸੜਕ ਨਹੀਂ ਕੱਢੀ ਉਸ ਟਾਈਮ ਬੀਬਾ ਅਮਰਜੀਤ ਕੌਰ ਜਿਹੜੇ ਕਿ ਅੱਜ ਕੱਲ੍ਹ ਜਿਹੜੇ ਬੀਬਾ ਮੈਂਬਰ ਪਾਰਲੀਮੈਂਟ, ਫੋਰਮ ਮੈਂਬਰ ਪਾਰਲੀਮੈਂਟ ਨੇ, ਤੇ ਉਹ ਉਸ ਟਾਈਮ ਕੋਈ ਸੋਸ਼ਲ ਅਵੇਅਰਨੈਸ ਦੇ ਉੱਪਰ, ਸੋਸ਼ਲ ਸਿਸਟਮ ਦੇ ਉੱਪਰ ਕੋਈ ਕਮਿਸ਼ਨ ਹੁੰਦਾ ਹੈ, ਉਹਦੀ ਚੇਅਰਪਰਸਨ ਸੀਗੀ, ਉਹਨਾਂ ਨੇ ਉਹ ਜਗ੍ਹਾ ਉਸ ਟਾਈਮ ਬਚਾਈ ਸੀਗੀ।
ਤੇ ਕਾਫੀ ਅਧਿਕਾਰੀ ਜਿਹੜੇ ਸੀਗੇ ਉਸ ਟਾਈਮ ਉਸ ਵਿੱਚ ਸ਼ਮੂਲੀਅਤ ਸੀਗੀ, ਉਹਨਾਂ ਦੀ ਬਚ ਗਈ ਸੀ ਪ੍ਰੋਪਰਟੀ ਤੇ ਕਾਫੀ ਮਹਿੰਗੀ ਪ੍ਰੋਪਰਟੀ ਹੋਣ ਕਰਕੇ ਲੰਮੇ ਸਮੇਂ ਤੋਂ ਉਹਨਾਂ ਦਾ ਹੱਥ ਹੈਗਾ ਤੇ ਭਰਾ ਨੇ ਉਸ ਵੇਲੇ ਕੋਈ ਮਦਦ ਨਹੀਂ ਕੀਤੀ। ਜਦੋਂ ਇਹ ਦੋਵੇਂ ਭੈਣਾਂ ਦੀ ਇਸ ਪ੍ਰੋਪਰਟੀ ਨੂੰ ਦੱਬਣ ਦੀ ਕੋਸ਼ਿਸ਼ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੱਲੋਂ, ਉਹਦੇ ਮੁੰਡੇ ਵੱਲੋਂ, ਉਹਦਾ ਮੁੰਡਾ ਅੱਜ ਕੱਲ੍ਹ MLA ਵੀ ਆ ਜੀ, ਸਾਬਕਾ MLA ਆ, ਉਹ ਪਹਿਲਾਂ MLA ਸੀਗਾ ਉਹਦਾ ਮੁੰਡਾ, ਤੇ ਉਹ ਹੁਣ ਸਾਬਕਾ MLA ਆ ਉਹ, ਤੇ ਤਲਵੰਡੀ ਸਾਬੋ ਤੋਂ ਆਮ ਤੌਰ ਤੇ ਲੜਦਾ ਹੈਗਾ ਉਹ, ਉਹਨੂੰ ਹਰਾਇਆ ਸੀਗਾ ਮੇਰੇ ਖਿਆਲ ਚ ਇੱਕ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਨੇ ਹਰਾਇਆ ਸੀ ਉਹਦਾ ਬੇਟਾ ਹੈਗਾ ਉਹ, ਤੇ ਉਹਨਾਂ ਨੇ ਕਾਫੀ ਇੱਕ ਤਹਿਸੀਲਦਾਰ ਹੁੰਦਾ ਸੀਗਾ, ਉਹ ਤਹਿਸੀਲਦਾਰ ਦੀ ਮਿਲੀਭੁਗਤ ਸੀਗੀ ਤੇ ਉਸ ਟਾਈਮ ਬਚਾ ਲਿਆ ਸੀਗਾ ਇਸ ਪ੍ਰੋਪਰਟੀ ਨੂੰ। ਉਹਦੇ ਭਰਾ ਨੇ ਉਸ ਵੇਲੇ ਜਦੋਂ ਇਹ ਪ੍ਰੋਪਰਟੀ ਤੇ ਕਬਜ਼ਾ ਹੋਣ ਲੱਗਿਆ ਸੀਗਾ, ਇਹਦੇ ਜਿਹੜਾ ਭਰਾ ਹੈਗਾ ਇਹਨਾਂ ਦਾ, ਉਹ ਭਰਾ ਨੇ ਕੋਈ ਮਦਦ ਨਹੀਂ ਕੀਤੀ ਸੀਗੀ ਜੀ, ਤੇ ਉੱਥੇ ਪਹੁੰਚਿਆ ਹੋਇਆ ਸੀਗਾ ਉਹ ਚੰਡੀਗੜ੍ਹ ਕਿਸੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਤੇ ਬਠਿੰਡੇ ਨਾਲ ਉਹਦਾ ਖਾਸ ਸੰਬੰਧ ਹੈਗਾ ਤੇ ਕਦੇ ਬਠਿੰਡੇ ਵਿੱਚ ਕਦੇ ਚੰਡੀਗੜ੍ਹ ਦੇ ਵਿੱਚ ਰਹਿੰਦਾ ਹੈਗਾ ਉਹ ਜੀ। ਤੇ ਹੁਣ ਪਿਛਲੇ ਸਮੇਂ ਦੌਰਾਨ ਉਹ ਰਿਟਾਇਰ ਹੋਇਆ, ਰਿਟਾਇਰ ਹੋਣ ਤੋਂ ਬਾਅਦ ਜਦੋਂ ਉਹ ਸਾਹਮਣੇ ਆਇਆ ਤੇ ਉਹ ਪਹਿਲਾਂ ਤਾਂ ਉਹਦੇ ਘਰ ਦੇ ਵਿੱਚ ਇਹਨਾਂ ਦੇ ਬੀਬੀਆਂ ਦੇ ਘਰੇ ਵੈਸੇ ਆਉਂਦਾ ਸੀਗਾ ਤੇ ਆਪਾਂ ਇਕੱਠੇ ਰਹਿ ਲਈਏ, ਉਹਨੇ ਫਿਰ ਇੱਥੇ ਜਗ੍ਹਾ ਪ੍ਰੋਪਰਟੀ ਮਹਿੰਗੀ ਹੋਣ ਕਰਕੇ ਉਹਨੇ ਇੱਥੇ ਕੋਈ ਕੋਠੀ ਕਾਠੀ ਕਿਰਾਏ ਦੇ ਲਈ ਪਟਿਆਲੇ ਵਿੱਚ ਜੀ, ਤੇ ਪਟਿਆਲੇ ਦੇ ਕੋਠੀ ਕਿਰਾਏ ਦੇ ਲੈ ਗਏ ਤੇ ਜਿਸ ਦਿਨ ਰੈਲੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਜੀ, ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਉਸ ਦਿਨ ਜਦੋਂ ਰੈਲੀ ਚੱਲਦੀ ਸੀ ਪਟਿਆਲੇ, ਉਸ ਦਿਨ ਕੁੱਝ 20-22 ਕਥਿਤ ਤੌਰ ਤੇ ਗੁੰਡਾ ਅਨਸਰ ਲੈ ਕੇ ਉਹ ਆਇਆ ਤੇ ਆ ਕੇ ਉਸਨੇ ਜਿਹੜਾ ਕਿ ਹੱਥ ਹਥੌੜਿਆਂ ਨਾਲ ਸਿਆਣੀਆਂ ਨਾਲ ਦਰਵਾਜ਼ਾ ਗੇਟ ਭੰਨਿਆ ਇੱਕ ਪਾਸੇ ਜੀ, ਭੰਨ ਕੇ ਉੱਤੇ ਜਿਹੜਾ CCTV ਕੈਮਰੇ ਲੱਗੇ ਸੀਗੇ, CCTV ਕੈਮਰੇ ਵੀ ਆਪਣਾ ਤੋੜ ਦਿੱਤੇ ਗਏ ਤੇ ਜਿਹੜਾ CCTV ਕੈਮਰੇ ਦੀ ਫੁਟੇਜ ਹੁੰਦੀ ਆ ਜੋ ਹਾਰਡ ਡਿਸਕਾਂ ਹੁੰਦੀਆਂ ਨੇ ਉਹ ਵੀ ਚੱਕ ਕੇ ਲੈ ਗਏ ਉਹ ਜੀ, ਤੇ ਜਿਹੜਾ ਇਹਨਾਂ ਦੇ ਨਾਲ ਬੋਡੀ ਗਾਰਡ ਸੀਗਾ ਬੀਬੀਆਂ ਦਾ ਰੱਖਿਆ ਕਰਨ ਵਾਸਤੇ, ਬੋਡੀ ਗਾਰਡ ਵੀ ਇੱਥੋਂ ਭੱਜ ਗਿਆ, ਭਜਾ ਤਾ ਗਿਆ ਮਤਲਬ ਕਿ ਉੱਥੋਂ, ਤੇ ਫਿਰ ਉਹ ਬਾਹਰ ਹੀ ਠੰਡ ਦੇ ਵਿੱਚ, ਕੜਕਦੀ ਠੰਡ ਦੇ ਵਿੱਚ ਬਾਹਰ ਹੀ ਬੀਬੀਆਂ ਬੈਠੀਆਂ ਰਹੀਆਂ। ਲੇਕਿਨ ਪ੍ਰਸ਼ਾਸਨ ਨੇ ਅਕੀਦਾ ਸਾਹਿਬ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ, ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਉਹਨਾਂ ਦੀ ਸੁਰੱਖਿਆ, ਉਹਨਾਂ ਨੂੰ ਕੋਈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਸੇਫਟੀ ਉਹਨਾਂ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ। ਉਹ ਬਾਹਰ ਬੈਠੀਆਂ ਸੀਗੀਆਂ ਤੇ ਉੱਧਰ ਰੈਲੀ ਚੱਲ ਰਹੀ ਸੀ, ਪੁਲਿਸ ਸਾਰੀ ਰੈਲੀ ਦੇ ਵਿੱਚ ਮਸ਼ਰੂਫ ਸੀਗੀ, ਤੇ ਉਹਨਾਂ ਬੀਬੀਆਂ ਨੇ ਜੋ ਦੋਸ਼ ਲਾਏ ਆ ਉਹ ਬੜੇ ਖਤਰਨਾਕ ਹੈਗੇ ਆ, ਉਹ ਸ਼੍ਰੋਮਣੀ ਅਕਾਲੀ ਦਲ ਲਈ ਕਾਫੀ ਚਿੰਤਾਜਨਕ ਦੋਸ਼ ਹੈਗੇ ਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਨੇ ਕੋਈ ਬਠਿੰਡੇ ਤੋਂ ਜੀ, ਉਹ ਉਹਨਾਂ ਦੋਸ਼ ਲਾਏ ਵੀ ਬਠਿੰਡੇ ਹੀ ਮੇਰਾ ਭਰਾ ਰਹਿੰਦਾ ਹੈਗਾ, ਰਹਿੰਦਾ ਬਠਿੰਡੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਬੰਦਿਆਂ ਦੇ ਨਾਲ ਇਹਦੀ ਮੁੱਲੀ ਭੁਗਤ ਹੈਗੀ ਆ, ਤੇ ਉਹ ਬੰਦਿਆਂ ਨੂੰ ਨਾਲ ਲੈ ਕੇ ਉਹ ਇੱਕ ਪਾਸੇ ਰੈਲੀ ਚੱਲ ਰਹੀ ਸੀ, ਉਹ ਦੂਜੇ ਪਾਸੇ ਬਠਿੰਡੇ ਦੇ ਜਿਹੜੇ ਅਕਾਲੀ ਦਲ ਦੇ ਬੰਦੇ ਸੀ ਉਹਨਾਂ ਨੂੰ ਲੈ ਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਦੋਸ਼ ਲਾਏ ਨੇ ਬੀਬੀਆਂ ਨੇ ਸਤਵਿੰਦਰ ਕੌਰ ਨੇ, ਤੇ ਇਹ ਦੋਸ਼ ਹੋਣਾ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਕੋਈ ਸਪਸ਼ਟ ਕਰੇ ਵੀ ਉਹ ਨਹੀਂ ਸੀਗੇ ਜਾਂ ਕੌਣ ਸੀਗੇ, ਜਾਂ CCTV ਦੀ ਫੁਟੇਜ ਜਿਹੜੀ ਸਾਹਮਣੇ ਆ ਜਾਵੇ CCTV ਫੁਟੇਜ ਕੌਣ ਸੀ ਬੰਦੇ ਉਹ, ਉਸ ਟਾਈਮ ਸਪਸ਼ਟ ਹੋ ਸਕਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਹੈਗੇ ਸੀ ਜਾਂ ਨਹੀਂ ਹੈਗੇ ਸੀਗੇ, ਤੇ ਕਿਉਂਕਿ ਅਸੀਂ ਜਰਨਲਿਸਟਿਕ ਤੌਰ ਤੇ ਅਸੀਂ ਇਸ ਤਰ੍ਹਾਂ ਨਹੀਂ ਜੋ ਉਹਨਾਂ ਨੇ ਕਿਹਾ ਉਸ ਤਰ੍ਹਾਂ ਹੀ ਇੱਥੇ ਬੋਲਣਾ ਬਣਦਾ। ਤੇ ਹਾਂ, ਦੂਜੀ ਗੱਲ ਇਹ ਹੈ ਵੀ ਉਹਨਾਂ ਨੇ ਬਥੇਰੇ SSP ਨੂੰ ਰਿਪੋਰਟਾਂ ਵੀ ਕੀਤੀਆਂ ਸੀਗੀਆਂ, ਉਸ ਦਿਨ ਭੇਜਿਆ ਵੀ ਸੀਗਾ ਤੇ ਕਾਫੀ, ਪਰ ਕਿਸੇ ਨੇ ਮੌਕੇ ਤੇ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਮੇਰੇ ਕੋਲ ਗੱਲ ਆਈ, ਮੈਂ ਇਮੀਡੀਏਟ ਤਾਂ ਕੁਛ ਵੀ ਨਹੀਂ ਕਰ ਸਕਦਾ ਸੀਗਾ, ਮੈਨੂੰ ਕਰਨਾ ਇਮੀਡੀਏਟ ਮੈਂ ਕਰ ਵੀ ਕੁਛ ਜ਼ਰਾ, ਮੈਂ ਫਿਰ ਆਪਣੀ ਫੇਸਬੁੱਕ ਉੱਤੇ ਸੋਸ਼ਲ ਮੀਡੀਆ ਉੱਤੇ ਮੈਂ ਇੱਕ ਪੋਸਟ ਇਹਨਾਂ ਦੀ ਫੋਟੋ ਲਾ ਕੇ ਸਾਂਝੀ ਕੀਤੀ, ਤੇ ਉਹ ਪੋਸਟ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਤੇ ਉਹ ਸੋਸ਼ਲ ਮੀਡੀਆ ਤੋਂ ਕਾਫੀ ਉਹਦਾ ਸ਼ੇਅਰ ਹੋਈ, ਤੇ ਉਸ ਪੋਸਟ ਦੇ ਸ਼ੇਅਰ ਹੋਣ ਨਾਲ ਕੋਈ ਸ਼੍ਰੋਮਣੀ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਵੀ ਇਹਦੇ ਸਾਹਮਣੇ ਆਇਆ, ਤੇ ਆਮ ਆਦਮੀ ਪਾਰਟੀ ਦੇ ਬੰਦੇ ਸਾਹਮਣੇ ਆ ਗਏ, ਤੇ ਆਮ ਆਦਮੀ ਪਾਰਟੀ ਦੇ ਬੰਦੇ ਫਿਰ ਕੱਲ ਜਦੋਂ ਉੱਥੇ ਗਏ ਅੰਦਰ, ਉਹਨਾਂ ਨੇ ਫਿਰ ਉਹ ਧਰਨਾ ਦੇਣ ਦੇ ਵੀ ਕਿਹਾ, ਸਿਵਲ ਲਾਈਨ ਥਾਣੇ ਦੇ ਵਿੱਚ ਉਹ ਇਕੱਠੇ ਹੋ ਕੇ ਬਹੁਤ ਸਾਰੇ ਬੰਦੇ ਗਏ ਤੇ ਧਰਨਾ ਦੇਣ ਦੀ ਗੱਲ ਵੀ ਕੀਤੀ ਵੀ ਅਸੀਂ ਰੋਡ ਜਾਮ ਕਰਾਂਗੇ, ਇਹ ਵੀ ਗੱਲ ਕੀਤੀ, ਤਾਂ ਇਸ ਕਰਕੇ ਫਿਰ ਉਹ ਰਾਹੁਲ ਕੌਸ਼ਿਕ ਹੈਗੇ ਆ
ਜਿਹੜੇ ਆਪਣਾ ਸਿਵਲ ਲਾਈਨ ਥਾਣੇ ਦੇ ਇੰਚਾਰਜ ਹੈਗੇ, ਉਹਨਾਂ ਨੇ ਜਾ ਕੇ ਦੇਖਿਆ ਕਾਗਜ਼ ਪੱਤਰ ਉਹਦੇ ਭਾਈ ਤੋਂ ਦੇਖਿਆ ਗਿਆ। ਭਾਈ ਕਹਿੰਦਾ ਵੀ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ, ਹਾਈ ਕੋਰਟ 'ਚ ਕੇਸ ਬੀਬੀਆਂ ਹਾਰ ਚੁੱਕੀਆਂ ਨੇ, ਇਸ ਕਰਕੇ ਮੇਰਾ ਇਸ ਪ੍ਰੋਪਰਟੀ ਦਾ ਹੱਕ ਹੈ ਹੁਣ। ਤੇ ਉਹ ਬੀਬੀਆਂ ਕਹਿੰਦੇ ਨੇ ਹਾਈ ਕੋਰਟ ਦਾ ਕੇਸ ਪ੍ਰੋਪਰਟੀ ਦਾ ਨਹੀਂ ਸੀਗਾ, ਸਗੋਂ ਇਹ ਜਿਹੜਾ ਕੇਸ ਹੈਗਾ ਇਹ ਇਸ ਕਰਕੇ ਕੇਸ ਦਿੱਤਾ ਕਿ ਸਾਨੂੰ ਬਜ਼ੁਰਗ ਜਿਹੜਾ ਕਿ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਸਾਨੂੰ ਕੁਝ ਲੋਕ ਪਰੇਸ਼ਾਨ ਕਰਦੇ ਆ, ਸਾਨੂੰ ਜਿਹੜਾ ਕਿ ਪ੍ਰੋਟੈਸਟ ਜਿਹੜਾ ਸਾਡਾ ਸੋਰੀ ਜਿਹੜਾ ਕਿ ਸਾਨੂੰ ਨਾ ਸੁਰੱਖਿਆ ਦਿੱਤੀ ਜਾਵੇ, ਇਸ ਕਰਕੇ ਸਿੱਧਾ ਸੁਰੱਖਿਆ ਵਾਸਤੇ ਉਹਨਾਂ ਨੇ ਪਟਿਆਲਾ ਪੁਲਿਸ ਨੂੰ ਲਿਖਿਆ ਜਿਹੜਾ ਹਾਈ ਕੋਰਟ ਨੇ, ਤੇ ਉਹ ਉਹਦੇ ਵਿੱਚ ਅਸੀਂ ਹਾਰੇ ਨੇ, ਸਗੋਂ ਪਟਿਆਲਾ ਕੋਰਟ ਨੂੰ ਲਿਖਿਆ ਹੈਗਾ। ਪਰ ਦੂਜੇ ਪਾਸੇ ਉਸ ਨੇ ਵੀ ਕੋਈ ਕਾਗਜ਼ ਲਈ ਫਿਰਦਾ ਹੈਗਾ, ਉਹਨਾਂ ਦਾ ਭਰਾ, ਉਹ ਕਹਿੰਦਾ ਕਿ ਮੇਰੀ ਪ੍ਰੋਪਰਟੀ ਵਿੱਚ ਹਿੱਸਾ ਹੈਗਾ, ਹਿੱਸਾ ਮਤਲਬ ਕੋਈ ਕੁਝ ਹਿੱਸਾ ਹੈਗਾ, ਸਮੁੱਚੀ ਪ੍ਰੋਪਰਟੀ ਨਹੀਂ ਕੁਝ ਹਿੱਸਾ ਹੈਗਾ, ਹਿੱਸਾ ਹੈਗਾ, ਇਸ ਕਰਕੇ ਮੈਨੂੰ ਵੀ ਇਸ ਪ੍ਰੋਪਰਟੀ ਵਿੱਚ ਰਹਿਣ ਦਾ ਹੱਕ ਦਿੱਤਾ ਜਾਵੇ। ਤੇ ਉਹਨਾਂ ਨੇ ਬੀਬੀਆਂ ਨੇ ਕਿਹਾ ਵੀ ਇਹਨਾਂ ਦਾ ਕੋਈ ਹਿੱਸਾ ਨਹੀਂ ਹੈਗਾ, ਕੋਈ ਅਧਿਕਾਰ ਨਹੀਂ ਹੈਗਾ, ਕੁਛ ਨਹੀਂ, ਕਿਉਂਕਿ ਜੋਗਿੰਦਰ ਕੌਰ ਇਹਨਾਂ ਦੀ ਮਾਤਾ ਜਿਹੜੀ ਹੈਗੀ ਆ ਉਸ ਨੇ ਸੁਰਿੰਦਰ ਕੌਰ ਦੇ ਨਾਂ ਜਗਾਂ ਲਗਾਈ ਲਗਾਈ ਸੀਗੀ। ਤੇ ਬਾਕੀ ਇਹ ਸੋਤਾ ਜੀ ਕਾਨੂੰਨ ਵੀ ਆ ਚੁੱਕਿਆ ਕਿ ਕੋਈ ਵੀ ਮਾਂ ਬਾਪ ਕਿਸੇ ਦੇ ਨਾਂ ਵੀ ਆਪਣੀ ਪ੍ਰੋਪਰਟੀ ਕਰਾ ਸਕਦਾ, ਉਹਦੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੁੰਦਾ। ਦੋਵੇਂ ਬੀਬੀਆਂ ਨੇ ਅੱਜ ਨਹੀਂ ਕੱਲ ਨੂੰ ਚੱਲ ਜਾਣਾ ਦੁਨੀਆਂ ਵਿੱਚੋਂ, ਕਦੇ 84 ਸਾਲ ਦੀ ਉਮਰ ਹੈ, ਕਦੇ 70 ਸਾਲ ਦੀ ਉਮਰ। ਉਹਦੇ ਭਰਾ ਨੂੰ ਇੰਨਾ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ, ਉਹਦੀ ਭਾਬੀ ਨੂੰ, ਉਹਦੇ ਭਤੀਜਿਆਂ ਨੂੰ, ਇੰਨਾ ਕਿਸੇ ਦੀ ਵੀ ਪ੍ਰੋਪਰਟੀ ਭਾਵੇਂ ਕਿਸੇ ਕਿਰਾਏਦਾਰ ਹੀ ਬੈਠੇ ਹਾਂ ਆਪਾਂ, ਕਿਰਾਏਦਾਰ ਨੂੰ ਵੀ ਕੱਢਣਾ ਸੌਖਾ ਨਹੀਂ ਹੈਗਾ ਆਪਣੇ ਕਾਨੂੰਨ ਅਨੁਸਾਰ। ਪਰ ਪੁਲਿਸ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਇਹ ਤਾਂ ਉਹਦੇ ਉਹਨਾਂ ਦੀ ਮਾਲਕੀ ਜ਼ਮੀਨ ਚੋਂ ਕੱਢ ਕੇ ਡੰਡ ਚੋਂ ਬਾਹਰ ਮਾਰਿਆ, ਇਹ ਬੜਾ ਚਿੰਤਾਜਨਕ ਗੱਲ ਹੈਗੀ ਆ। ਜੇ ਸਾਡੇ ਘਰ ਚ ਕੋਈ ਕਿਰਾਏਦਾਰ ਵੀ ਆਉਂਦਾ ਹੈ ਤਾਂ ਕਿਰਾਏਦਾਰ ਨੂੰ ਵੀ ਅਧਿਕਾਰ ਨਹੀਂ ਹੈਗਾ ਕਿ ਉਹ ਅਸੀਂ ਉਹਨੂੰ ਬਾਹਰ ਕੱਢ ਦਈਏ। ਈਵਨ ਕਿ ਜੇਕਰ ਕੋਈ ਵੀ ਪੁਲਿਸ ਜਾਂ ਕੋਈ ਵੀ ਬੰਦਾ ਸਾਡੇ ਘਰ ਚ ਆ ਕੇ ਸਾਡੀ ਭੰਨ ਤੋੜ ਕਰਦਾ ਹੈ, ਉਹਦੇ ਉੱਤੇ ਵੀ 452 ਦਾ ਕੇਸ ਦਰਜ ਹੁੰਦਾ ਤੇ ਜੋ ਕਿ ਨੌਨ ਅਵੇਲੇਬਲ ਹੁੰਦਾ। ਲੇਕਿਨ ਬਹੁਤ ਬਹੁਤ ਮਿਹਰਬਾਨੀ ਅਕੀਦਾ ਸਾਹਿਬ, ਤੁਸੀਂ ਪੂਰੀ ਡਿਟੇਲ ਵਿੱਚ ਸਾਨੂੰ ਇਸ ਖਬਰ ਨਾਲ ਰਿਲੇਟਡ ਜਾਣਕਾਰੀ ਦਿੱਤੀ ਹੈ, ਕਿਉਂਕਿ ਤੁਸੀਂ ਹੀ ਪਹਿਲੇ ਅਜਿਹੇ ਸ਼ਖਸ ਸੀ ਜਿਨ੍ਹਾਂ ਨੇ ਫੇਸਬੁੱਕ ਦੇ ਉੱਪਰ ਇਸ ਪੋਸਟ ਨੂੰ ਸਾਂਝਾ ਕੀਤਾ, ਔਰ ਜਦੋਂ ਈਵਨ ਪੰਜਾਬੀ ਚੈਨਲ ਦੀ ਫੇਸਬੁੱਕ ਦੇ ਉੱਪਰ ਉਸ ਪੋਸਟ ਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਅਸੀਂ ਤੁਰੰਤ ਤੁਹਾਡੇ ਨਾਲ ਗੱਲਬਾਤ ਕੀਤੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਮਿਹਰਬਾਨੀ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ।